ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ। ਹਾਂ ਕਿੱਦਾਂ ਕੱਖ ਵੱਢ ਲਏ? ਕੱਖ ਮੈਂ ਤਾਂ ਵੱਢ ਕੇ ਟੁੱਕ ਕੇ ਆਇਆ ਹਾਂ ਸਵੇਰੇ ਲੈ ਕੇ। ਹਾਂ ਤੂੰ ਵੀ ਤਾਂ ਦੂਰੇ ਕੰਮ ਪੇ ਗਿਆ ਅੱਜ। ਮੈਨੂੰ ਇੱਕ ਦੋ ਹੋਰ ਕੰਮ ਤੇ, ਮੈਂ ਇੱਕ ਆਟਾ ਜਿਹਾ ਰੱਖਣਾ ਦਾ, ਸਿਲੰਡਰ ਭਰਾਉਣਾ ਦਾ, ਹਾਂ ਇੱਕ ਦੈੜ ਉਹ ਰੱਖਣਾ ਦਾ ਦਲੀਆ। ਠੀਕ ਹੈ, ਘਰੇਲੂ ਕੰਮ ਤੇ ਇਹਨੂੰ ਘਰੇਲੂ ਕੰਮ ਤੇ ਮੈਂ ਚੱਲ ਅੱਜ ਰੈਸਟ ਕਰ ਲਈਏ। ਕੱਲ ਦੀ ਛੁੱਟੀ ਹੁੰਦੀ, ਕੱਲ ਹੈ ਨਹੀਂ ਤਾਂ ਮੇਰੇ, ਕੱਲ ਰਿਸ਼ਤੇਦਾਰੀ ਚ ਤਾਂ। ਠੀਕ ਹੈ, ਤਾਂ ਕਰਕੇ ਬਾਜਾ ਜੰਮਿਆ ਹੈ ਭਾਈ ਆਹ। ਹਾਂ ਅੱਜ ਜ਼ਿਆਦਾ ਦੇਖਦਾ ਜੇ ਕੱਲ ਨੂੰ ਅੱਗੇ ਲੱਗਦਾ ਨੀ ਮੈਨੂੰ ਤੁਸੀਂ ਲਾਇਆ ਹੋਇਆ ਪਰ ਨਿਕਲਦਾ ਗਿਆ ਬਾਹਰ ਉੱਪਰ ਕਟਾਈ ਕਰਤੀ, ਮਿੱਟੀ ਪਾਤੀ, ਉਹ ਐ ਜ਼ੋਰ ਨਿਕਲਣਾ ਉਹਨੇ, ਇਹ ਬਸ ਇਹ ਬਾਹਰੇ ਪਿਆ ਤਾ, ਇਹਨੇ ਮਾਮਾ ਮਾੜੀ ਮੇ ਮਿੱਟੀ ਲੱਗੀ ਚੱਲ ਪਿਆ। ਉਹ ਬਣਾਤਾ ਤੇਰੇ ਡੈਡੀ ਨੇ ਗੰਨਾ ਬਣਾਤਾ ਕਿ ਨਹੀਂ? ਗੰਨਾ ਬਣਾਤਾ ਆਵੇ ਬੰਦੇ ਨੂੰ ਬੁਲਾਇਆ ਲੈ ਭਈਏ ਸਵੇਰੇ ਫਿਰਦੇ ਦੇ ਘਰਾਂ ਪੈਸੇ ਲੈਣ ਨੂੰ ਭੇਜੇ ਦੇ ਅੱਜ ਮੈਂ ਕਿਹਾ ਫੇਰ ਇੱਕ ਬਣਾਈ ਆਪ ਕਰੀ ਹੈ ਹੈ ਕਿੰਨੇ ਦੀ? ਹਾਂ ਭਈਆ ਦੀ ਇੱਕ ਬਣਾਈ ਦੇ ਪੈਸੇ ਦਿੱਤੇ ਭਈਆ ਨੂੰ, ਇਹਨੇ ਇੱਕ ਬਣਾਈ ਤਾਂ ਹੁਣ ਆਪ ਪਹਿਲਾਂ ਵੀ ਇੱਕ ਵਾਰ ਬਣਾਤਾ ਤਾ ਪੂਲ ਨਾ ਬਾ ਬੰਨੇ ਹੋਣਾ ਮਨ ਲਾ ਦਾ। ਹਾਂ ਤੇਰੇ ਦੂਆ ਬੂਟਾ ਦਾ ਕਿੰਨਾ ਕਹੇ ਜਾ ਹੁਣ? ਠੀਕ ਹੈ ਠੀਕ ਹੈ, ਨਾ ਬੂਟਾ ਜਿਹਾ ਹੁੰਦਾ ਹੋ ਜਾਈਏ ਬਸ। ਆਹ ਬੂਟਾ ਹੈ? ਹਾਂ ਬੂਟਾ ਠੀਕ ਹੈ। ਬਈਆ ਨੇ ਕਿੰਨੇ ਸਾਲ ਦਾ ਬੂਟਾ? ਬੂਟਾ ਅਸੀਂ ਵੀ ਦਿਖਾਇਆ ਕੱਲ ਆਪਣੇ ਵਾਲਾ, ਉਹਦਾ ਮੈਂ ਦੇਖ ਲਿਆ ਦੇਖਿਆ ਬੂਟਾ ਕਹੇ ਜਾ ਘਰ ਦਾ ਬੀਜ ਤਿੰਦਿਆਲਾ ਬੀਜ 109 ਮੈਂ ਕਹਿੰਦਾ, ਫਿਰ 109 ਤੁਸੀਂ 110 ਲੈ ਕੇ ਆਏ ਆ, ਬੀਜ ਦਾ ਫਰਕ ਹੋਵੇ ਪਤਾ ਨੀ ਕਿਆ ਚੱਕਰ ਆ ਬੂਟਾ ਸਾਰੇ ਵਾਲਾ ਜ਼ਿਆਦਾ ਚੱਲਿਆ ਉਹਦੇ ਨਾਲ, ਉਹ ਤਾਂ ਯਾਰ ਇੰਨੀ ਕਰ ਦੇਖਭਾਲ ਕਰਦੇ ਵੀ ਬੀਜ ਦੀ, ਤੁਸੀਂ ਤਾਂ ਛੱਡਿਆ ਪਤਾ ਏਦਾਂ ਹੀ ਹੋਰ ਇੱਕੜਾ ਹੀ ਤਾਹੀ ਮੈਂ ਯਾਰ ਬੀਜਾ ਮੈਂ ਦੇਖਣਾ ਲੈ ਇੱਧਰ ਬੀਜਾ ਮੈਂ ਦਿੰਦਾ ਕਹਿੰਦਾ ਮੇਰੇ ਜ਼ਿਆਦਾ ਚੱਲਿਆ ਵਾ ਬੀਜ ਕਹਿੰਦਾ ਤੁਹਾਡੇ ਵਾਲੇ ਬੀਜ ਨਾਲ ਤੇ ਹੈ ਕਹਿੰਦਾ ਜਿਹੜਾ ਡਿਮਕੋ ਦਾ ਬੀਜ ਉਹਦੇ ਨਾਲ ਤੇ ਜ਼ਿਆਦਾ ਆਪਣੇ ਵਾਲਾ ਬੀਜ ਆਪਣੇ ਵਾਲਾ ਚੱਲਿਆ ਪਿਆ ਵੀ ਕਹਿੰਦਾ ਉਹਨੇ ਵੀ ਲਾਏ ਮੇਰੇ ਤੇ ਉਹ ਸੁੱਖੇ ਨੇ ਵੀ ਲਾਏ ਨਾ ਸੁੱਖੀ ਵੀ ਦੱਸਦਾ ਸਾਨੂੰ ਕਹਿੰਦਾ ਜਿਹੜਾ ਤੁਹਾਡੇ ਵਾਲਾ ਬੀਜ ਮੈਂ ਦੇਖਦਾ ਪੱਟ ਕੇ ਹੋਰ ਇੱਕ ਲਾਰਜ ਕੁਆਂਟੀਟੀ ਮੈਂ ਚੀਜ਼ ਉਗਾਉਣੀ ਇੱਕ ਥੋੜੀ ਮੋਟੀ ਉਗਾਉਣੀ ਫਰਕ ਪੈਂਦਾ ਫਰਕ ਹੋਰ ਬਰਾਬਰ ਹੋ ਗਈ ਬਰਾਬਰ ਪਹੁੰਚ ਗਈ 4G ਵੀ ਅੱਧੀ ਤਾਂ ਵੱਧਤੀ
ਲਾਗੇ ਪੀੜਾ ਪੱਤਾ ਕਰਨ ਹੁਣ ਗੰਨੇ ਸਾਈਡ 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 ਬਸ ਲੜਕ ਕਰ ਲਿਆ ਕੇ ਰੱਖ ਲੋ ਜੀ ਹੁਣ ਆਹੋ ਫਿਰ ਬੰਦਾ ਪਾਏ ਕਰਨਾ ਉਰੇ ਬਹੁਤ ਪੱਤਾ ਕਰਨਾ ਹੁਣ ਇਹਦਾ ਹੁਣ ਪੱਤੇ ਲੱਗ ਜਾਣੇ ਗਿਰਨ ਜੀ ਦੇ ਸਿਆਲ ਚ ਬਹੁਤ ਨਜ਼ਾਰਾ ਆਉਣਾ ਉਰੇ ਧੁੱਪਾਂ ਚ ਬੈਠਣ ਦਾ ਪੰਬੇ ਦਾ ਯਾਰ ਕੋਈ ਸੁਰ ਨੀ ਹੈਗਾ ਅੱਗੇ ਦੇਖ ਲਾ ਸਵੇਰੋ ਕਹਿੰਦਾ ਹੁੰਦਾ 11 ਵਜੇ ਚੱਲੂਗੇ ਕਿੱਥੇ ਨੂੰ ਮੂਵੀ ਦੇਖਣ ਹੈ ਕਿੱਥੇ ਗਿਆ ਫਿਰ ਫੇਰ ਚੱਲ ਕਹਿੰਦਾ ਬਈ ਚੱਲ ਕਹਿੰਦਾ ਸ਼ਾਮ ਨੂੰ ਚੱਲੂਗੇ ਹੁਣ ਸੋਪੜ ਫਿਰਦਾ ਮੈਂ ਤਾਂ 1 ਵਜੇ ਗਿਆ ਤਾਂ 1 ਵਜੇ ਚੱਲਾਂਗੇ ਫੇਰ ਹੁਣ ਦੱਸ ਹੁਣ ਕਹਿੰਦਾ ਕੱਲ ਨੂੰ ਚੱਲੂਗੇ ਮੈਂ ਕਹਿੰਦਾ ਇਹਨੇ ਦੱਸਿਆ ਮੇਰੇ ਬੰਦ ਹੋ ਜਾਣੀ ਉਹ ਤੇ ਬੰਦ ਹੋ ਜਾਣੀ ਫੇਰ ਤਾਂ ਲੱਗੂਗੀ ਟਾਈਮ ਕੱਢੂ ਹਲਕਾ ਲੱਗੂ ਇਹ ਬਹੁਤ ਲੋਕ ਦੇਖਣ ਆਉਂਦੇ ਬਹੁਤ ਘੱਟ ਹੁੰਦਾ ਉੱਥੇ ਕੱਲੂ ਚਲੋ ਜਿਹੜਾ ਲਾਸਟ ਕਿਆ ਵਜੇ ਬੰਦੇ ਕਰ ਲਾ ਇਕੱਠੇ ਕੱਲ ਹੀ 1 ਵਜੇ ਸ਼ੋ ਇੱਕ ਵਾਲਾ ਸ਼ੋ ਠੀਕ ਹੈ ਇੱਕ ਵਾਲਾ ਸ਼ੋ ਠੀਕ ਹੈ ਯਾਰ ਫਿਰ ਰਾਤ ਵਾਲਾ ਵੀ ਕੰਮ ਖਰਾਬ ਰਾਤ ਸ਼ਾਮ ਵਾਲਾ ਵੀ ਯਾਰ ਦਿਨ ਵਾਲਾ ਦੋਵੇਂ ਕੰਮ ਖਰਾਬ ਆ ਇੱਕ ਵਾਲਾ ਸ਼ੋ ਵਿਹਲੇ ਹੁੰਦੇ ਸਾਰੇ ਦੁਪਹਿਰੇ ਨੂੰ ਵਿਹਲੇ ਆ ਉਹ 3 ਵਜੇ ਖਤਮ ਹੋ ਜਾਂਦਾ ਹੋਣਾ ਸਾਡੇ 3:30 ਖਤਮ 4 ਵਜੇ ਘਰਾਂ ਵਾਪਸੀ ਆ ਤੂੰ ਵੀ ਆ ਜੂਗਾ ਹਾਂ ਮੈਂ ਵੀ ਆ ਜੂ ਐਡਾ ਕੂੜਾ ਆ ਉੱਥੇ ਲੱਗਦਾ ਹੈਗਾ 2 ਮਿੰਟ ਦਾ ਰਸਤਾ ਸਕਰੀਨ ਉੱਥੇ 3-4 ਸਕਰੀਨ ਆ ਉੱਥੇ ਬੜਾ ਕਰਤਾ ਕੰਮ ਪਹਿਲਾਂ ਥੋੜਾ ਵੀ ਇੱਕੋ ਸਕਰੀਨ ਆ ਪਿੱਛੇ ਤੱਕ ਹਾਲ ਆ ਨਾ ਹੁਣ ਤਾਂ ਛੋਟੇ ਛੋਟੇ ਬਣਾ ਤੇ ਇਹਨਾਂ ਨੇ ਪਾਰਟ ਕਰਤੇ ਬੋਰਡ ਸਟੈਂਡ ਬਣਾ ਤੇ ਉਹਦੇ 3-4 ਸਕਰੀਨ ਲਾ ਤੇ ਇੱਕੋ ਮੂਵੀ ਪਤਾ ਨਹੀਂ ਕਿੰਨੀਆਂ ਸਕਰੀਨਾਂ ਤੇ ਚੱਲਦੀ ਆ ਉਹ ਅਲੱਗ ਅਲੱਗ ਟਾਈਮ ਇੱਕ ਚ ਜਲਦੀ 9 ਵਜੇ 10 ਵਜੇ ਆਉਣਾ ਦੂਜ 10 ਵਜੇ ਲਾਤੀ 30 ਚ 11 ਵਜੇ ਲਾਤੀ ਹੁਣ ਇੱਧਰ ਇਹ ਮੁੱਕਿਆ ਇੱਧਰ 1 ਵਜੇ ਲਾਤਾ ਠੀਕ ਹੈ ਆਹ ਮੁੱਕਿਆ 2 ਵਜੇ ਚਲਾਤਾ ਇੱਦਾਂ ਚੱਲਦਾ ਐਂ ਜਾ ਆਡੀਅੰਸ ਜ਼ਿਆਦਾ ਫਿਰ ਚੱਕਰ ਪੈ ਜਾਂਦਾ 24 ਘੰਟੇ ਰਸ਼ ਹੈ 24 ਘੰਟੇ ਰਸ਼ ਹੈ ਸਵੇਰੇ ਪਕਾ ਕੇ ਰੱਖ ਦੋ ਦੁਪਹਿਰ ਤਾਂ ਖਾਈ ਜਾਣੀ 1 ਵਜੇ ਚਲੇ ਜਾਓ ਇਹ ਠੀਕ ਮੈਨੂੰ ਪਤਾ ਤੁਸੀਂ ਉਹ ਕਰਨਾ ਚਾਰ ਵੀ ਹੋ ਜਾਂਦੀ ਆ ਬਹੁਤ ਪਰਚੀ
ਚੱਲ ਜਾ ਫਿਰ, ਚੱਲ ਚੱਲੀਏ ਪੂਲ ਦਿਖਾਵਾ ਤੈਨੂੰ, ਚੱਲ ਚੱਲ ਜਾ ਆਓ ਤੁਸੀਂ ਯਾਰ, ਮੈਂ ਜਾਵਾਂ ਫਿਰ ਮਾੜਾ ਜਿਹਾ, ਚੱਲ ਲਾਂਗੇ ਚੱਲ। ਹਾਂ ਲੋ ਜੀ ਪਹੁੰਚ ਗਏ ਬਾਈ ਗੰਨੇ ਕੋਲ, ਹੁਣ ਤੁਹਾਨੂੰ ਖਾਣਾ ਗੰਨਾ। ਗੰਨਾ ਟੇਢਾ ਹੋ ਗਿਆ ਵਿੱਚ ਤੇ, ਗੰਨਾ ਵੀ ਟੇਢਾ ਹੋ ਗਿਆ ਨਾ ਯਾਰ, ਗੰਨਾ ਹੀ ਹੋਇਆ ਪਿਆ ਇਹਨਾਂ ਕੋਲ ਬੂਟਾ ਦੇ। ਹੁਣ ਲੈ ਹੱਥ ਪਾ ਲੈ, ਦੇਖ ਹੱਥ ਪਾ ਕੇ ਕਹਿੰਦਾ ਪਾ ਲਾ ਹੱਥ, ਲਾਇਆ ਬੀਂਗਾ ਦੇਖ ਲਾ, ਮੈਂ ਯਾਰ ਬੀਂਗਾ ਡੇਢਾ ਜਿਹਾ ਲਾਇਆ ਹੋ ਗਿਆ, ਐ ਸੇਵਾ ਹੋ ਗਈ ਤਾਂ 30 ਸਾਲ ਬਣਾਉਣੇ ਪੱਕੀ ਗੱਲ, ਬਹੁਤ ਤਕੜਾ ਹੋਇਆ ਬੂਟਾ, ਊ ਜਿੱਦਾਂ ਲਾਇਆ ਥੋੜਾ ਬੀਂਗਾ ਡੇਢਾ, ਤਾਂ ਐ ਖੜਾ ਕੋਈ, ਐ ਖੜਾ ਦੇਖ ਲੈ ਕਿੱਕਣਾ ਖੜਾ ਬੂਟਾ, ਆਲੂ ਵਾਲੇ ਖੇਤ ਦਾ ਫਰਕ, ਮਿੱਟੀ ਬੂਟੇ ਨੂੰ ਲੱਗਿਆ ਹੁਣ ਬੂਟਾ ਸੁੱਕਾ ਤਾਂ ਨਹੀਂ ਕੋਈ, ਖੇਤ ਦਾ ਫਰਕ ਹੈ ਕੱਲ ਬੰਨੇ ਗਏ ਕਣਕ ਵਾਲਾ, ਕਿਹਾ ਕਹਿੰਦਾ ਉਹ ਕਣਕ ਵਾਲਾ ਦੇਖ ਲਾ ਵਧੀਆ, ਦੇਖੋ ਜਾ ਕੇ ਦੇਖਦੇ ਆ ਉਹਨੂੰ ਵੀ, ਦੇਖੋ ਉਹਨੂੰ ਵੀ ਆਹ ਨਾ ਮਾੜਾ ਹਨਾ ਇਹਦੇ ਇਹਦਾ ਛੋਰੇ ਕਰਕੇ ਆ ਬੂਟੇ ਦਾ ਛੋਰਾ ਫਰਕ ਪੈਂਦਾ ਨਾ ਇੱਧਰ, ਉਹ ਬੂਟੇ ਦਾ ਫਰਕ ਪੈਂਦਾ, ਉਹ ਜਿਹੜਾ ਲੱਗਦਾ ਪਹਿਲਾਂ ਲੱਗਿਆ ਪਿਆ ਉਹ ਬੜਾ ਉਹਨੇ ਮਾਰਿਆ, ਉਹ ਫਿਰ ਮਾਰ ਕਾਣੀ ਕਿੱਥੇ ਦਾ ਖੜਾ ਹੋਇਆ ਬੂਟਾ, ਉਹ ਚਾਹੇ ਦੋ ਗੱਠੇ ਛੱਡ ਕੇ ਲਾਇਆ ਫਿਰ ਵੀ ਮਾਰਤਾ ਹੁੰਦੀ ਆ ਵੀ, ਗਾਹਾਂ ਦੇ ਦੇ ਗੰਨਾ ਜਾ ਆਊਗਾ ਬਾਈ। ਹਾਂ ਹਾਂ ਬਾਹਰੇ ਬਾਹਰ ਨੂੰ ਹੋਗਾ ਵੜਦੂ ਗਰਦਨ ਵੜਦੂ ਇਹਦਾ, ਉਹੀ ਤਾਂ ਮਾੜਾ ਉਹਨਾਂ ਕੇ, ਉਹੀ ਗਿਰਿਆ ਪਿਆ ਬਸ, ਗੰਨਾ ਵੀ ਠੀਕ ਆ, ਇਹ ਤਾਂ ਸਾਰਾ ਠੀਕ ਆ, ਲਾਗੇ ਪਰ ਧਾਨ ਦਿਖਦੇ ਆ, ਉਹ ਦੇਖ ਲੈ ਪੱਪੀ ਲਾਂਦੇ ਮਸ਼ੀਨ ਦਿਖਦੇ ਧਾਨ ਕ੍ਰੋਸ ਕਰਕੇ, ਹਾਈਟ ਹੂਟ ਚੰਗੀ ਹੋ ਗਿਆ, ਹਾਂ ਡਬਲ ਹੋ ਗਿਆ, ਇਹਨੇ ਪਾਣੀ ਲਾਇਆ ਵਾ ਕਿੰਨੇ ਨੂੰ, ਹਾਂ ਪਾਣੀ ਲਾਇਆ ਲੱਗਦਾ, ਲੀਕ ਲੁਕ ਹੋ ਗਿਆ ਹੁਣ ਇਧਰ, ਇਹ ਪੈਰ ਖੁੱਲਾ ਹੁਣ, ਆ ਤਾਂ ਲਾਈਟ ਵੀ ਸੋਹਣੀ ਰਹੀ ਕੱਲ ਦੀ ਰਾਤ ਦੀ, ਪੂਰੀ ਲਾਈਟ ਰਹੀ ਆ, ਆ ਤੇ ਜੁੰਬਸ ਕਰਨਾ ਉਹਦੇ ਤੇ ਹੋਇਆ ਵਾ ਪੂਰਾ, ਉਹ ਕਹਿੰਦਾ ਪੂਰਾ ਕਰਨਾ ਇੱਧਰ ਉੱਧਰ ਛੋਲੇ ਦਾ ਫਰਕ ਆ ਥੋੜਾ ਜਿਹਾ, ਇੱਧਰ ਕਰਨਾ ਫੁੱਲ ਹੈ ਬੂਟਾ ਆਪ ਕੰਮ ਦਾ, ਆ ਢੀ ਜਾਂ ਡੌਲ ਇੰਨੀ ਚੌੜੀ ਚਾਹੀਦੀ ਬਾਈ ਲਖਣੇ ਨੂੰ, ਹਾਂ ਲਿਖਣ ਲਖਣਾ ਹੈ ਇੰਨੀ ਡੌਲੀ ਤੋੜ ਚਾਹੀਦੀ ਹੈ, ਮੋਟਰਸਾਈਕਲ ਜਿਹਦਾ ਇੱਧਰ ਲੈ ਜਾ ਇੱਧਰ ਲੈ ਜਾ, ਹਾਂ ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ, ਆਹ ਤੂੰ ਤੈ ਥੋੜਾ ਖੜਾ, ਤੂੰ ਤਾਂ ਕਹਦਾ ਦਰਖਤ ਏ ਉਹ ਦਿੱਕਟ ਕਿੱਡਾ ਬੁੱਲ ਜਿੰਨੀ ਉੱਚੀ ਯਾਰ, ਇਹ ਬੁੱਲ ਜਿੰਨਾ ਉੱਚਾ, ਛਾਂਗ ਪੈਣੇ ਵਾਲਾ ਬਾਈ, ਇਹ ਬਣਾਉਂਦੇ ਕੋਈ ਇਹਨਾਂ ਨੂੰ, ਛਾਂਗ ਪਾਓ ਇਹਨੂੰ ਦੇਖ ਟੋਕਰੇ ਬਣਦੇ, ਫਿਰ
ਆਲੂ ਵਾਲੇ ਗੰਨੇ ਦੋ ਦੋਹੇ ਠੀਕ ਆ ਵਧੀਆ ਖੜੇ ਆ ਇਹ ਚਾਰ ਪਰਚੀਆਂ ਹਾਂ ਹੈਗੀ ਚਾਰ ਤੇ ਮਤਲਬ ਚਾਰ ਬਾਰਾਂ ਹੋ ਗਈਆਂ ਚਾਰ ਨਹੀਂ ਪਰਚੀ ਕਰਾਈਆਂ ਕਿੰਨੀਆਂ ਤੇ ਅੱਠ ਕਰਾਈਆਂ ਛੇ ਕਰਾਈਆਂ ਅੱਠ ਕਰਾਈਆਂ ਲੈ ਹਰਸ਼ਵੀਰ ਨੇ ਕਰਾਈਆਂ ਅੱਠ ਪਰਚੀਆਂ ਕਰਾਈਆਂ ਹਾਂ ਫਿਰ ਜੋ ਇਹ ਚੋ ਤੇ ਹਾਂ ਹੋਣੀ ਭਾਈ ਚਾਰ ਤੇ ਉੱਪਰ ਹੋਣੀ ਆ ਇਹ ਵੀ ਸਾਈਡ ਹੈਡ ਪਰੇ ਮਾੜਾ ਆ ਸਾਈਡ ਪਰ ਬੂਟੇ ਆ ਕੇ ਮਾਰ ਆ ਵਿੱਚ ਦੇਖ ਵੜ ਕੇ ਕੱਦ ਤਾਂ ਕੱਢ ਗਿਆ ਪਰ ਉਨਾ ਹੈ ਨੀ ਇਹ ਲੈ ਆਹਦਾ ਕਹਿੰਦਾ ਮਾਰ ਪਰੇ ਹਲੇ ਬੂਟੇ ਇੰਨਾ ਫਾਸਾ ਫਰਕ ਆ ਬੂਟੇ ਬੂਟਾ ਦੂਆ ਹੁੰਦਾ ਬੜਾ ਆਲੂ ਵਾਲੇ ਇਹਦਾ ਫਰਕ ਲੈ ਇਹ ਆਪਾਂ ਦਿਖਾਇਆ ਤਾਂ ਆਹਦੇ ਹੱਥ ਪੈਂਦਾ ਲੈ ਉੱਥੇ ਕਿੰਨਾ ਗੈਪ ਤਾਂ ਉਰੇ ਕਿੰਨਾ ਗੈਪ ਵਾਲਾ ਠੀਕ ਆ ਉਸ ਹਿਸਾਬ ਨਾਲ ਦੇਖੀ ਆਪਾਂ ਜੇ ਬਾਕੀ ਗੰਨਾ ਬਹੁਤ ਉਹ ਆ ਸਿੱਧਾ ਗੰਨਾ ਭਾਈ ਇਹ ਵਿੱਚ ਨਿਕਲੇ ਕਿੱਲਾ ਇਹ ਕਿੱਲਾ ਗਾ ਹਾਂ ਢਾਈ ਕੁ ਪਰਚੀਆਂ ਢਾਈ ਤਿੰਨ ਪੰਜ ਤਿੰਨ ਅੱਠ ਪਰਚੇ ਪੂਰੀਆਂ ਅਸੀਂ ਵੀ ਦੇਖਦੇ ਬੂਟੇ ਪੰਮੇ ਨੂੰ ਲਿਆ ਕੇ ਨਾ ਖੇਤ ਮਿਣਨਾ ਉਹ ਮਿਣ ਕੇ ਫਿਰ ਉਹਦੇ ਗੈਸ ਕੱਢਣਾ ਵੀ ਕਿੰਨੇ ਬੂਟਾ ਲੱਗੂਗਾ ਕਰਮਾ ਮਾਰ ਕੇ ਕਿੱਥੇ ਉਹ ਜਿਹੜੇ ਦੋ ਕਿੱਲੇ ਲਾਉਣੇ ਆ ਨਾ ਦੋ ਕਿੱਲੇ ਲਾਉਣੇ ਕਹੂੰਗੇ ਹਾਂ ਇਹਦਾ ਕਹਿੰਦੇ ਕੜਾਈ ਬਹੁਤ ਕਰੀਆਂ ਅਸੀਂ ਹੋਰ ਤਰਫਾਲੀ ਸੀ ਨਾ ਜਾ ਫਰੀ ਚ ਉੱਠਿਆ ਫੇਰ ਨੀ ਇਹ ਫੇਰ ਵੀ ਠੀਕ ਆ ਯਾਰ ਠੀਕ ਆ ਹੁਣ ਜੋ ਭਾਣਾ ਰੱਬ ਕਣਕ ਵੀ ਬਥੇਰੀ ਹੋਊਗੀ ਕਿੰਨਾ ਚਿਰ ਹੋ ਜਾਣਾ ਧਾਨਾ ਜਿੰਨਾ ਤਾਂ ਹੋ ਜਾਣਾ ਉੱਥੀ ਆ ਮੰਨਦਾ ਚ ਕਣਕ ਨਾ ਹੁੰਦੀ ਗੱਲਾਂ ਕਰਨੀ ਹੁੰਦਾ ਹਾਂ ਫੇਰ ਇਹਨਾਂ ਹੋ ਜਾ ਹੋਣਾ ਤਾਂ ਉਹ ਪ੍ਰੋਫਿਟ ਉਨਾ ਹੀ ਆ ਉਨਾ ਹੀ ਆ ਬਸ ਯਾਨੀ ਇੱਕੇ ਫਸਲ ਲਾਓ ਵਧੀਆ ਇੱਕ ਲਾ ਲਾ ਵਧੀਆ ਵਧੀਆ ਹੋ ਜਾਂਦੀ ਆ ਹੋਰ ਕਿਆ ਦੋ ਵਾਲਾ ਕੰਮ ਕਰਦਾ ਤਾਂ ਕਿੰਨਾ ਮੈਂ ਦੇਖਿਆ ਟੁੱਟਦਾ ਹੈ ਪਰਚੀ ਇੱਕ ਟੁੱਟਦੀ ਆ ਕਿਲੇ ਮਗਾ ਉਨਾ ਹੀ ਫਿਰ ਉਧਰ ਕਾਣਕ ਹੋ ਜਾਂਦੀ ਮੰਨ ਲਾ 110 15 ਕੁਇੰਟਲ ਕਹਿੰਦਾ ਟੁੱਟਦਾ ਕਿਲੇ ਦਾ ਮੰਨ ਕੇ ਜੇ 400 ਨਿਕਲਣਾ ਤਾਂ ਸਾਡੇ ਤਿੰਨ 350 300 ਹੀ ਰਹਿ ਜਾਂਦਾ ਹਾਂ ਉਹੀ ਗੱਲ ਹੋ ਗਈ 20 ਕੁਇੰਟਲ ਹੋ ਗਈ 40,000 ਦੀ ਕਣਕ 40,000 ਦੀ ਪਰਚੀ ਬਰਾਬਰ ਆ ਗਿਆ ਕੰਮ ਹਾਂ ਉਹ ਖਰਚ ਜ਼ਿਆਦਾ ਪੈਂਦਾ ਹੋਰ ਖਰਚਾ ਜ਼ਿਆਦਾ ਪੈਂਦਾ ਤਾਂ ਮਿਹਨਤ ਜ਼ਿਆਦਾ ਹੀ ਪਾ ਮਿਹਨਤ ਜ਼ਿਆਦਾ ਦੂਆ ਕਿਨਾ ਦੇਖਿਆ ਖੜਾ ਫਿਰ ਇੱਕ ਇੱਕ ਥਾਲਾ ਯਾਦ ਤੱਤ ਪੜਾਤਮ ਕਣਕ ਪੜਾਓ ਫਟਾਫਟ ਕੱਢ ਫਿਰ ਪਾਣੀ ਲਾ ਕੰਮ ਸਮਾਂ ਤੇ ਤੇਜ਼ ਛਿੜ ਜਾਂਦਾ ਉਹਦਾ ਛਿੜ ਜਾਂਦਾ ਖਰਚਾ ਵੱਧ ਜਾਂਦਾ ਜਿਹੜਾ ਫਿਰ ਫੰਕਣ ਵਾਲਾ ਗੰਨਾ ਉਹਨੂੰ ਕੋਈ ਧੜਕੋ ਹੈ ਉਹ ਨੀ ਬੀਜ ਉਹਨੂੰ ਨਾਲੇ ਜੰਮ ਜ਼ਿਆਦਾ ਨਾਲੇ ਗੰਨਾ ਵੱਧ ਇਹ ਵੀ ਗੱਲ ਨਾਲ ਫਸਲ ਲਾਉਣੀ ਇੱਕੇ ਠੀਕ ਆ ਦੋ ਵਾਲੀ ਕਾਹਲੀ ਨਾ ਕਰੋ ਉਹੀ ਉਹੀ ਹੁਣ ਗੰਨੇ ਨੇ ਦੇਖ ਲੈ ਇੱਕ ਸਾਰੇ ਹੋਣਾ ਵਾ ਦੂਏ ਸਾਲ ਤਾਂ ਕੁਛ ਨੀ ਹੁੰਦਾ ਗਾ ਜਾਂ ਹੋਣੀ ਕੁਛ ਨੀ ਉਹ ਸਾਨੂੰ ਦੇਖੋ ਦੂਏ ਸਾਲ ਹੋਣਾ ਨੀ ਬੂਟੇ ਨੇ ਦੱਬ ਲੈਣਾ ਇਹ ਬੂਟਿਆਂ ਦਾ ਜਿਹੜੇ ਸਾਈਡ ਪਰ ਬੂਟੇ ਦੋਗੇ ਦੋ ਦੋ ਸਾਲ ਦੇ ਹਾਂ ਇਹਨਾਂ ਨੇ ਵੀ ਮਾਰ ਪਾਈ ਗੰਨੇ ਨੂੰ ਉਹੀ ਪਾਈ ਹੈ ਦੋ ਦੋ ਕਿਆਰੇ ਹੋਣੀ ਉੱਤੇ ਨੇ ਇਹਨੇ ਪਰਚੀ ਤਾਂ ਸਾਈਡਾਂ ਨੇ ਅੜਾਤੀ ਦੀ ਹਾਂ ਅੜਾਤੀ ਇੱਕ ਸਾਈਡਾਂ ਨੇ ਅੜਾਤੀ ਪਰਚੀ ਦਾ ਸਮਝ ਲੈ ਦੋਹਾਂ ਪਾਸੇ ਅੜਾਤੀ ਦੋਹਾਂ ਪਾਸੇ ਪਹਿਲਾਂ ਲੱਗੇ ਹੋਏ ਸਾਲ ਦੋ ਸਾਲ ਦੇ ਹੋ ਗਏ ਮੰਨ ਕੇ ਚੱਲ ਬੂਟੇ ਦੇ ਸਾਲ ਪਹਿਲਾਂ ਹੋ ਗਏ ਸਾਈਡਾਂ ਹਾਂ
ਸਾਰਾ ਰਾਸ਼ਨ ਪਾਣੀ ਦੇ ਚੂਸਦੇ ਵਿਚਾਰੇ ਗਰੀਬ ਮਾਲ ਹਾਲਾਤ ਕਿਆ ਕਰੇ ਬੋਲੇ ਬੂਟਾ ਚੰਗਾ ਹਾਲ ਦੂਜੇ ਸਾਲ ਚਲ ਚੱਲ ਦੇਖ ਤਾਂ ਬੂਟਾ ਠੀਕ ਹੈ ਬੂਟੇ ਦੀ ਗਿਣਤੀ ਬਹੁਤ ਹੈ ਨੇੜੇ ਲੱਗਿਆ ਵਾ ਐ ਤਾਂ ਇਹ ਵਿੱਚ ਤੇ ਖਾਲ ਹੀ ਤਾ ਨਾ ਇਹ ਲਾਇਆ ਤਾਂ ਕਿ ਨੇੜੇ ਤਾਂ ਝੜੀ ਜੋ ਝੜੀ ਆ ਕੋਈ ਦਿਖਦਾ ਬੰਦਾ ਲੈ ਦਿਖਾ ਦੇ ਜੰਗਲ ਬੀਆ ਬਾਣ ਹਜ਼ਾਰ ਰੁਪਈਆ ਮਾਲ ਅਮਲ ਬੀਆ ਬਾਣ ਕੋਈ ਬੰਦਾ ਨਹੀਂ ਦਿਖਦਾ ਟਾਈਮ ਬੂਟਾ ਹੀ ਬੂਟਾ ਆ ਜੰਗਲ ਪਿਆ ਉਹ ਦੇ ਬੂਟੇ ਖੜੇ ਹੁਣ ਤੁਹਾਨੂੰ ਉਹ ਦਿਖਾਉਣਾ ਆ ਉਹ ਬੂਟਾ ਇਹਦੇ ਨਾਲ ਦਾ ਹੈ ਨਾ ਹਾਂ ਉਹ ਇਹਦੇ ਨਾਲ ਉਹ ਇਹਦੇ ਨਾਲ ਦਾ ਬੂਟਾ ਹੈ ਜਿਹੜਾ ਛੇਡਾ ਲੱਗਿਆ ਪਿਆ ਇਹ ਸਭ ਇਹ ਦੂਜੇ ਸਾਲ ਦਾ ਬੂਟਾ ਦਾ ਪੂਰਾ ਲੈ ਹੱਥ ਕਿੱਥੇ ਪੈ ਜੂਗਾ ਇਹਦੇ ਪਰ ਨੂੰ ਦੋ ਹੱਥ ਪਾਉਂਗੇ ਪਰ ਛੰਗਾਈ ਹੋਣੀ ਨਾ ਦੀ ਇਥੋਂ ਛੰਗਾਈ ਹੋਣੀ ਹੈ ਜੀ ਮੰਨ ਕੇ ਚੱਲ ਹੁਣ ਜਿੱਕਣਾ ਛੰਗਾਈ ਆਪਣੀ ਹੁਣ ਛੰਗਣੇ ਆਪਾਂ ਨੇ ਇਹ ਉਹ ਪੁਲਿਸ ਵਾਲੇ ਨੂੰ ਹੱਥ ਨਹੀਂ ਲਾਉਣਾ ਇਹਨੂੰ ਜਿਹੜੀ ਆਹ ਇਹਦੀ ਛਤਰੀ ਉਹ ਹੇਠ ਲਈ ਬਾ ਇਹਨਾਂ ਨੇ ਬੂਟਾ ਛਾਂਗ ਹੋ ਗਏ ਫਿਰ ਬੂਟਾ ਵੀ ਮੋਟਾਈ ਕਰਦਾ ਹੈ ਨਾਲੇ ਬੂਟਾ ਖੜਦਾ ਨਹੀਂ ਜੇ ਕਹੇ ਵੀ ਜੜ ਤੇ ਤਾਕਤ ਰਹਿੰਦਾ ਉੱਪਰ ਤੇ ਵੀ ਲੈਂਦਾ ਇਹ ਜੇ ਹੁਣ ਜ਼ਿਆਦਾ ਨਹੀਂ ਸਿੱਧਾ ਛਾਂਗ ਦੂਗਾ ਬੂਟਾ ਖੜ ਜਾਂਦਾ ਜ਼ਿਆਦਾ ਨਹੀਂ ਛਾਂਗ ਹਾਂ ਬਾ ਆਹ ਚੀਜ਼ਾਂ ਛਾਂਗ ਹਾਂ ਸੱਤ ਛੇ ਛੇ ਸੱਤ ਟਹਿਣੀਆਂ ਬਸ ਜਿਹੜੇ ਗੋਲ ਹੋਈਆਂ ਹੁੰਦੀਆਂ ਨਹੀਂ ਜਿਹੜੀਆਂ ਜ਼ਿਆਦਾ ਭਾਰੀਆਂ ਹੇਠਾਂ ਤੇ ਇਹੀ ਹੋਣੀਆਂ ਛਾਂਗ ਮੈਂ ਕਹਿੰਦਾ ਵੀ ਛਾਂਗ ਹੋਣੇ ਸਾਹਮਣੇ ਖੜਾ ਬੂਟਾ ਪੀਂਦੇ ਵਾਲਾ ਇਹ ਵੀ ਛਾਂਗਣਾ ਪੈਣਾ ਇਹ ਵੀ ਸਾਡੇ ਗਏ ਟਾਹਣੀ ਰਹੀ ਵੀ ਇਹਦੀਆਂ ਬੂਟਾ ਬਹੁਤ ਚੱਲਦਾ ਬਾਈ ਹੱਸ ਨੀ ਪੈਂਦਾ ਬੂਟੇ ਨੂੰ ਬਹਿੜੇ ਸਾਲ ਦਾ ਬੂਟਾ ਹੋਣਾ ਕਿਸੇ ਦਾ ਇਹੋ ਜਿਹਾ ਨਹੀਂ ਹੈਗਾ ਹੁਣ ਬੂਟਾ ਚੱਲੇ ਦਾ ਬੂਟਾ ਗੰਨੇ ਚੱਲੇ ਹੈਨਾ ਉਹ ਵੀ ਏਦਾਂ ਚੱਲਿਆ ਦਾ ਬਾਹਰ ਬਾਹਰ ਚੱਕਰ ਇਹੀ ਆ ਟਾਈਮ ਜਾਂਦਾ ਅੰਦਰ ਉਹ ਮਾੜਾ ਹੀ ਆ ਬੂਟਾ ਇਹ ਵੀ ਬਰਾਬਰ ਹੈ ਉਹਦੇ ਗੰਨਾ ਨੀ ਹੈਗਾ ਮੈਨੂੰ ਲੱਗਦਾ ਇੱਕੇ ਪਰਚੀ ਹੋਣੀ ਸਾਰੇ ਚੋ ਸਾਰੇ ਚੋ ਇੱਕ ਵੀ ਮਤਲਬ ਉਹੀ ਹੋ ਗਈ 85 ਜਾਂ 85 90 ਦੇ ਗੇੜ 90 85 ਇੱਥੇ 85 ਦੇ ਗੇੜ ਚ ਮੇਰੇ ਹਿਸਾਬ ਨਾਲ ਤਾਂ ਦੇਖੋ ਉਰੇ ਬੂਟਾ ਇੱਕ ਆ ਕੇ ਦੇਖਦਾ ਖਾਲੀ ਉਹਦੇ ਨਾਲ ਫਿਰ ਕੀਲਾ ਖਾਲੀ ਚੱਲ ਪਏ ਪਿੰਡ ਸਾਈ ਇੱਧਰ ਨੂੰ ਦੇਖ ਲੈ ਗੁੰਮੇ ਗੁੰਮੇ ਹੋਇਆ ਪਸਲਾ ਕੰਮ ਇੱਧਰ ਮੋਟਰਸਾਈਕਲ ਜਾਂਦਾ ਆਵਾਜ਼ ਦੇਖ ਤੂੰ ਜੋ ਚੁੱਪ ਕਰ ਜਾ
ਕੋਈ ਆਵਾਜ਼ ਨੀ, ਕੋਈ ਕੁਛ ਨੀ, ਸ਼ਾਂਤੀ ਬਹੁਤ, ਸ਼ਾਂਤੀ ਤੇ ਹੋਣੀ, ਕੋਈ ਆਵਾਜ਼ ਨੀ ਹੈਗੀ। ਜੰਗਲ ਵਾਲਾ ਕੰਮ ਹੋਏ ਪਾ ਅੱਜ ਕਹਿੰਦਾ, ਅੱਜ ਜੰਗਲ ਵੀ ਆ ਬਾਣ ਗਿਆ, ਜੰਗਲ ਨਹੀਂ ਫਿਰਦੇ ਹੁੰਦੇ, ਜੰਗਲ ਫਿਰਦੇ ਹੁੰਦੇ ਆ, ਆਪਾਂ ਪੈਰਾਂ ਦੀ ਮਾਲਾ, ਪੈਰ ਤੇ ਤੁਰਦੇ ਆਪਾਂ, ਪੈਰਾਂ ਦੀ ਆਵਾਜ਼ ਵੀ ਆਉਂਦੀ ਆ, ਆਉਂਦੀ ਹੈ ਉਰੇ, ਉਹ ਕੰਮ ਹੋਇਆ ਪਿਆ। ਹੋਰ ਤੈਨੂੰ ਦੇਖ ਲੈ, ਕੋਈ ਕੋਈ ਬੋਲਦਾ ਨੀ ਸੁਣਦਾ, ਖੇਤਾਂ ਮੈਂ ਕੁਛ ਨੀ ਸੁਣਦਾ, ਸ਼ਾਂਤੀ ਪਈ ਐ, ਪੱਖਾ ਹਵਾ ਚੱਲਦੀ ਹੋਵੇ, ਮੀਂਹ ਝੜ ਰਿਹਾ ਹੋਵੇ, ਇਹ ਜਿਵੇਂ ਹੈ ਕਿ ਨਹੀਂ। ਲੈ ਜਿਹੜੇ ਧਰਤੀ ਦੇ ਕੀੜੇ ਮਕੌੜੇ ਉਹਨਾਂ ਦੀ ਆਵਾਜ਼ ਆਉਂਦੀ ਮਾੜੀ ਮਾੜੀ, ਜਿਹੜਾ ਬੀਂਡਾ ਹੋਇਆ, ਤਿਤਲੀ ਹੋਈ, ਇਹੀ ਸ਼ਾਂਤੀ ਮਿਲਦੀ ਪਿੰਡਾਂ 'ਚ ਬਾਈ, ਸ਼ਹਿਰਾਂ ਮਾ ਨੀ ਹੈਗੀ, ਸ਼ਹਿਰਾਂ ਮਾ ਰੌਲਾ ਰੱਪਾ, ਟੀ ਪੈ ਚੂ ਆ ਚੱਲੀ ਜਾਂਦੀ, ਘਰਾਂ ਵੜ ਜੀ, ਦਰਖਤਾਂ ਦਾ ਫਾਇਦਾ ਹੈਗਾ ਹੀ ਆ, ਜੋ ਮਰਜ਼ੀ ਬਹੁਤ ਫਾਇਦਾ ਬਾਈ, ਫਸਲ ਨੂੰ ਦੇਖ ਕੇ ਕਹਿੰਦੇ ਵੀ ਆਪਾਂ ਕੰਮ ਕਰ ਲੂਗੇ, ਚੱਲ ਭਾਈ ਚੱਲ ਭਾਈ, ਹੁਣ ਲਾ ਦੋ ਕਿੱਲੇ, ਚਾਰ ਚਾਰ ਸਾਲ ਨੂੰ ਪੱਠਣਾ, ਜਾਨੂੰ ਆਹ ਕੰਮ ਕਰ ਲੈਣ, ਆਪਾਂ ਦੋ ਕਿੱਲੇ ਜਾਂਦੇ, ਵਿਆਹ ਵੀ ਦੋ ਕਿੱਲੇ ਚੱਲੇ ਜਾਣੇ ਫਿਰ, ਪੈਸੇ ਲੈ ਜਾਂਦਾ ਸਲਾਹ, ਉਹ ਪੈਸੇ ਲੈ ਜਾਂਦਾ, ਹੁਣ ਤਾਂ ਦੋ ਸੱਤ ਅੱਠ ਲੱਖ ਦਾ ਪੈਸੇ ਲੈ ਜਾਣਾ, ਉਹ ਵੀ ਲੈ ਜਾਂਦਾ ਗਿਆ, ਰੁੱਖ ਖਾਣਾ ਤਾਂ ਨਹੀਂ ਲੈ ਜਾਂਦਾ, ਬਾਕੀ ਦਾ ਕੰਮ ਰਹਿ ਗਿਆ, ਚੀਲਾ ਗਿਆ, ਆਹ ਰੁੱਖ ਖਾਣੇ ਦੀ ਲੈ ਜਾਣਾ ਆਪਾਂ, ਇੰਨਾ ਤਾਂ ਬਣ ਜਾਂਦਾ ਇੰਨਾ, ਆਹ ਹੁਣ ਗੰਨਾ ਇਹ ਚ ਕੜਾ ਕੇ ਨਾ ਇਹ ਚ ਬੀਜਾ ਕੇ ਚਾਰਾ, ਹੁਣ ਨਹੀਂ ਕਣਕ ਬੀਜਣੀ ਪਹਿਲਾਂ ਤਾਂ, ਇੱਥੋਂ ਪਾਣੀ ਬਰਸਾਤ ਪਈ ਨਹੀਂ ਹੈਗੀ, ਤੇ ਨਹੀਂ ਉਰੇ ਪਾਣੀ ਚੱਲਦਾ ਹੁੰਦਾ, ਇੱਥੋਂ ਚੱਲਿਆ ਤਾਂ ਨਹੀਂ ਹੈਗਾ, ਨਾ ਨਾ ਚੱਲੇ ਨਹੀਂ, ਹਰੇਕ ਸਾਹ ਪਾਣੀ ਚੱਲਦਾ, ਉਹਨੂੰ ਨਹੀਂ ਪੂਰਾ ਪਾਣੀ ਚੱਲਦਾ, ਉਹ ਅੱਧ ਤਾਂ ਖੇਤ ਦੇ ਮਾਮਾਰ ਪੈਂਦੀ ਪਾਣੀ ਦੀ, ਹੁਣ ਦੇਖ ਲੈ ਤੂੰ, ਕੁਛ ਨਹੀਂ ਪਾਣੀ ਚੱਲੇ ਹੀ ਨਹੀਂ, ਖੇਤਾਂ ਦੇ ਨਹੀਂ ਬਾਹਰ ਨਿਕਲਦਾ, ਮੀਂਹ ਨਹੀਂ ਪਿਆ, ਸਾਉਣ ਨੂੰ ਪਹਿਲਾਂ ਮੰਗੂ ਮੀਂਹ ਥੋੜੀ ਪਏ ਆ, ਦੇਖ ਲੈ ਬੰਦਾ ਰਾਤ ਨੂੰ ਭੈ ਆਉਂਦੀ ਬੰਦੇ ਨੂੰ, ਮੋੜ ਚਲਾਉਣਾ ਆਉਂਦਾ ਇਹ ਰਾਤੇ ਨੂੰ, ਆਉਣੀ ਉਹ ਕਿਆ ਪਤਾ ਸਾਲਾ ਜੰਗਲ ਮਾ ਕਿਆ ਬੈਠਾ ਹਾਊਸ ਵਾਲੇ, ਤਾਂ ਹੀ ਤਾਂ ਚੀਜ਼ ਇਹੀ ਲਈ ਵੀ ਰਾਤ ਨੂੰ ਰੋਟੀ ਮੈਂ ਪਾਣੀ ਲਾਉਣ ਦੀ, ਉਹੀ ਗੱਲ ਹੈ, ਡੀਜ਼ਲ ਲਾਈਟ ਹੋ ਗਈ ਲਾ ਦੂੰਗੇ ਪੂਰੇ ਬੂਟੇ ਨੂੰ ਪਾਣੀ, ਇਹ ਕਿਹੜੇ ਧਾਨ ਆ ਉਰੇ, ਆ ਦੇਖ ਲਾ ਚਾ ਵੀ ਹੋ ਗਈ ਕੰਮ ਆ ਗਿਆ, ਇਹ ਵੀ ਕਵੇਰੀ ਦਾ ਹੀ ਹੈ, ਕਵੇਰੀ ਦਾ ਹੀ ਹੈ, ਇਹ ਕਿਹੜੀ ਹੈ, ਇਹ ਕਵੇਰੀ ਜਿਹੜੀ ਆਪਣੀ ਮੰਡ 'ਚ ਹੈ, 460 460 ਹੈ, ਪੈਣ ਲੱਗ ਗਿਆ ਹੋ ਗਿਆ ਕੰਮ, ਬਸ ਥੋੜਾ ਦਿਨ ਆ, ਬਸ ਤਾਂ ਆਏ ਹੁਣ, ਇਹਨਾਂ ਨੇ ਹੁਣ ਤਾਂ ਕਹਿੰਦਾ ਸਵਾਲ ਆ ਕੁੜਤਾ ਪਜਾਮਾ ਮੰਡੀ ਵਾਲੇ ਨੂੰ, ਹੈ ਚਿੱਟਾ ਹੀ ਸਵਾਉਂਗਾ, ਚਿੱਟਾ ਹੀ ਠੀਕ ਆ, ਮੈਂ ਤਾਂ ਮੈਂ ਪਾਕਿਸਤਾਨ ਤੋਂ ਚਿੱਟੀ ਲੈ ਕੇ ਆਉਂਦਾ, ਮਸਲਾ ਇੱਕ ਰੰਗ ਮੈਨੂੰ ਚਿੱਟੀ ਪਸੰਦ, ਸਵਾਲ ਤਾਂ ਪਾਕਿਸਤਾਨ ਵਾਲਾ ਸਵਾਉਣਾ, ਹੁਣ ਦੋ ਵੀ ਸਵਾ ਸਵਾ ਦੇਣਾ, ਪਾ ਫਿਰ ਪਾਕਿਸਤਾਨ ਵਾਲਾ, ਪਾਕਿਸਤਾਨ ਵਾਲਾ ਸਵਾਉਣਾ ਹੁਣ ਮੈਂ, ਗੰਨਾ ਤਾਂ ਵਧੀਆ ਫੜਿਆ, ਦੇਖ ਅੱਗੇ ਇੱਧਰ ਦੇਖਦਾ ਹੈ, ਠੀਕ ਉਹ ਸਾਈਡ, ਉਹ ਸਾਈਡ ਮਾੜੀ ਜਿਹੜੀ ਉਹ ਬੂਟੇ ਆ ਨਾ, ਉਹ ਬੂਟੇ ਜਿਹੜੇ ਸਾਈਡ ਪਰ, ਬੂਟੇ ਦਾ ਫਰਕ ਤਾਂ ਪੈਣਾ ਹੀ ਪੈਣਾ, ਬੂਟੇ ਵੀ ਉਹ ਮੈਂ ਕਿਹਾ 30 ਸਾਲ ਚੁਣੇ ਉਹ, ਉਹ 30 ਚੌਥੇ ਚ ਹੈ, ਫਿਰ ਕਿੱਡਾ ਬੂਟਾ ਉਹ, ਉਹਨੇ ਕਿ ਛੱਡਣਾ, ਮਾਰ ਤਾਂ ਉਧਰ ਪੈਣੀ ਸੀ, ਉਹਦਾ ਮਾਰਦਾ 20 ਫੁੱਟ ਤੱਕ ਰੇਂਜ ਮਾਰਦਾ ਉਹ ਆਰਾਮ ਨਾਲ, 20 ਫੁੱਟ ਇੱਧਰ 20 ਫੁੱਟ ਉੱਧਰ ਨੂੰ ਫਸਲ ਹੋਣ ਹੁੰਦਾ ਹੈਗਾ, ਹਾਂ ਦੂਏ ਸਾਲ ਦਾ ਬੂਟਾ ਫਿਰ ਵੀ ਥੋੜ੍ਹਾ ਜਿਹਾ ਘੱਟ ਚੱਲਦਾ, ਹੁਣ ਮੈਂ ਝੱਲੀਆਂ ਦੇਖਿਆ ਉਹਨਾਂ ਨੇ ਬੀਜੀ ਚੈਰੀ ਬੂਟਿਆਂ 'ਚ, ਬੂਟਾ ਚੈਰੀ ਤਾਂ ਹੇਠਾਂ ਰਹਿ ਗਿਆ, ਅੱਛਾ ਜਿਹੜੀ ਜ਼ਮੀਨ ਜਿਹੜੀ ਆਪਾਂ ਨੇ ਬਾਅਦ ਮਾ ਲਾਈ ਦੀ ਜੀਰੀ, ਕਹਿੰਦੇ ਪਹਿਲਾਂ ਠੇਕੇ ਪਰ ਦਿੱਤੀ ਨੀ, ਫਿਰ ਕਹਿੰਦੇ ਲਾ ਲਓ, ਉੱਥੇ ਉਹਨਾਂ ਨੇ ਚੈਰੀ ਬੀਜੀ ਵੀ ਹੈ, ਚੈਰੀ ਟੱਪ ਗਈ, ਚੈਰੀ ਉੱਪਰ ਟੱਪ ਗਈ, ਬੂਟੇ ਦਾ ਬੂਟਾ ਹੇਠਾਂ ਰਹਿ ਗਿਆ, ਬੂਟਾ ਚੱਲਦਾ ਨੀ ਜਿਹੜੀ ਮਾ, ਮਤਲਬ ਤਾਂ ਇਹ ਹੋ ਗਿਆ ਬੂਟਾ ਚੱਲਿਆ ਨੀ, ਹੁਣ ਆਹ ਬੂਟਾ ਦੇਖ ਲਾ, ਹੁਣ ਬੂਟੇ ਉੱਪਰ 10 ਫੁੱਟ ਨਿਕਲਿਆ ਵਾ ਗੰਨੇ ਤੇ, ਇਹਨੂੰ ਆਣੇ ਆ ਗੰਨੇ ਪਰ, ਤਾਂ ਫੇਰ ਹਲੇ ਜਿਹੜੀ ਜਿਹੜੀ ਚੀਜ਼ ਖੜਦੀ ਆ ਨਾ ਸਾਲ ਖੰਡ, ਤਾਂ ਹੀ ਮੈਂ ਮਾਸ ਨੂੰ ਕਹੀ ਗਿਆ, ਮਾ ਤੂੰ ਗੰਨਾ ਲਾ ਦੇ, ਇਹ ਮੰਨਿਆ ਨੀ ਹੈਗਾ, ਬਾਜਰਾ ਵੀ ਰੋਕਦਾ, ਮੈਂ ਕਿਹਾ ਟਾਕਾ ਗੰਨਾ, ਮੈਂ ਸਿੱਟੂ ਮਾਹ ਟਾਲ ਪਰ ਸਿੱਟਦੀ,
ਮੈਂ 2 ਸਾਲ ਗੰਨਾ ਹੋਣਾ ਤੇਰਾ 2 ਸਾਲ ਬੂਟਾ ਦੇਖੀ ਕਿੱਥੇ ਜਾਣਾ ਰੇਹ ਪਾਣੀ ਦਾ ਫਰਕ ਵੀ ਗੰਨੇ ਮੈਂ ਰੇਹ ਪਾਣੀ ਜ਼ਿਆਦਾ ਪੈਂਦਾ ਪੈਂਦਾ ਗੈਲ ਦਵਾਈ ਵੀ ਸਪਰੇ ਵੀ ਰੇਹ ਵੀ ਸਭ ਕੁਝ ਗੈਲ ਪੈਂਦਾ ਇਹਦੇ ਨਾਲ ਮੈਚ ਆ ਇਹ ਹਾਂ ਹੋਪਸ ਨਾਲ ਮੈਚ ਨਹੀਂ ਹੈਗਾ ਮੈਚ ਨਹੀਂ ਹੈਗਾ ਗੈਲ ਸਾਡੀ ਕੀੜੇ ਮਕੌੜੇ ਦੀ ਸਪਰੇ ਹੋ ਜਾਣੀ 2 ਸਾਲ ਗੰਨਾ ਹੋ ਗਿਆ 2 ਸਾਲ ਬੂਟਾ ਤੇਰਾ ਤਿਆਰ ਹੋ ਜਾਂਦਾ ਤੂੰ ਹੁਣ ਐਂ ਦੇਖ ਤੂੰ ਆਪਾਂ ਨੇ ਹੁਣ ਬਾਜ਼ਾਰੀ ਬੀਜਤੀ ਕਰਦੀ ਸਪਰੇ ਹੋਣੀ ਉਹਦੇ ਉੱਪਰ ਇਹਦੇ ਉੱਪਰ ਗੰਨੇ ਪਰ ਦੇਖ ਕਿੰਨੀਆਂ ਸਪਰੇਆਂ ਹੋਈਆਂ ਪਦਾਨ ਵੀ ਸਿੱਟੀ ਆ ਥਲੀ ਬਟੇਰਾ ਵੀ ਸਿੱਟੀ ਹੈ ਉਹ ਗੈਲ ਬੂਟੇ ਨੂੰ ਵੀ ਲੱਗਦੀ ਹੈ ਸਭ ਕੁਝ ਲੱਗਦਾ ਫਿਰ ਰੇਜ ਫਿਰ ਇਹਦੀ ਸਾਰਾ ਥੋੜੀ ਖਾ ਲੈਂਦਾ ਦਾਦਾ ਹੇਡੇ ਹੀ ਪੈ ਰਿਹਾ 2 ਸਾਲ ਹੀ ਤੇ ਯਾਰ ਨਹੀਂ ਖੇਡ ਹੋਣੀ ਜਾਂ ਟਰੈਕਟਰ ਪੜਨੇ ਨਹੀਂ 2 ਸਾਲ ਤਾਂ ਗੱਲ ਆਹ ਹੈ ਜਾਗਾ ਵਾਲੀ ਗੱਲ ਮੇਨ ਹਾਂ ਵੀ ਯਾਰ ਨਹੀਂ 2 ਸਾਲ ਇਹ ਜਿਹੜਾ ਉਹਨੇ ਬਰੀਕ ਨਾੜਾ ਵਾਲੀ ਜਿਹੜਾ ਹੁੰਦੀ ਹੈ ਨਾੜਾ ਵਰਗੀ ਹੁੰਦੀ ਹੈ ਪਹਿਲਾਂ ਉਹੀ ਬਾਬਾ ਵੜਦੀਆਂ ਬਸ ਤੇ ਰੂਟਾ ਬੀਟਰ ਮਾਰ ਲਾ ਬਾਈ ਰੂਟਾ ਬੀਟਰ ਵੀ ਵੜਦਾ ਤੇ ਬੂਟਾ ਤਾਂ ਹੀ ਚੱਲਦਾ ਕਹਿੰਦੇ ਇਹਦੀ ਜੜ ਹੇਠਾਂ ਜਾਂਦੀ ਬਹੁਤੀ ਉੱਪਰ ਰਹਿੰਦੀ ਹੈ ਹੁਣ ਜਿਹੜਾ ਬੰਦਾ ਹੁਣ ਜਿੱਕਣਾ ਹੁਣ ਘੁੰਮਦੇ ਸਰਪੰਚ ਜੱਸ ਰਾਈ ਹੈ ਭੈਣੀ ਵਾਲੇ ਘੁੰਮਦੇ ਸਰਪੰਚ ਰਾਈ ਇਹਨਾਂ ਨੇ ਦੇਖੀ ਜਾ ਗੰਨੇ ਲਾਉਣੇ ਹੀ ਲਾਉਣਾ ਬੂਲਰ ਚ ਹਾਂ ਬੂਲਰ ਦੇ ਗੰਨਾ ਰੱਖਣਾ ਇਹਨਾਂ ਨੇ 2 ਸਾਲ ਗੰਨਾ ਰੱਖਦੇ ਦੂਆ ਜਿਹੜੀ ਫਸਲ ਹੋਈ ਠੀਕ ਹੈ ਇਹ ਰੱਖਦੇ ਟਾਲ ਵਾਲਾ ਹਾਂ ਤਿੰਨ ਸਾਲ ਕੱਢਦੇ ਗੰਨੇ ਨਾਲ ਸਾਲ ਗੰਨਾ ਕਰ ਦਿੰਦੇ ਆ 3 ਸਾਲ ਗੰਨਾ ਕੱਢਦੇ ਜੇ ਤੇ 3 ਸਾਲ ਬਾਅਦ ਨਹੀਂ ਹੋਣਾ ਆਪੇ ਸਾਡੀ ਗਰੋਥ ਹੁੰਦੀ ਬੂਟੇ ਆਪੇ ਚੱਲਦਾ ਬੂਟਾ ਫਿਰ ਹਾਂ ਬੂਟਾ ਨਹੀਂ ਕਰਾਂਗਾ ਲੜਾਈ ਕੜੂਈ ਹੋਰ ਕੀ ਹੈ ਇਹਦਾ ਕਹਿੰਦਾ ਮੇਰੀ ਜੱਟ ਨੂੰ ਨਾ ਛੇੜੋ ਹਾਂ ਰੇ ਪਾਈ ਜਾਓ ਪਾਣੀ ਲਾਈ ਜਾਓ ਹੋਰ ਮੈਨੂੰ ਛੇੜੋ ਨਾ ਬਸ ਛੇੜੋ ਨਾ ਬੱਚੇ ਚਰੀ ਨਾ ਬੀਜੋ ਬੂਟਿਆਂ 'ਚ ਚਰੀ ਬੂਟਾ ਖੜਾਉਂਦੀ ਆ ਖੜਾਉਂਦੀ ਵੀ ਕਿਆ ਹੈ ਉਹ ਥੋੜੇ ਖੇਤ ਬਾਹ ਹੋ ਜਾਂਦੇ ਯਾਰ ਇੱਕ ਵਾਰ ਮੈਂ ਉਹ 2 ਸਾਲ ਦੇ ਬਾਅਦ ਚਾਹੇ ਬਾਹ ਵੀ ਲਿਆ ਕੋਈ ਕੁਛ ਨਹੀਂ ਕਹਿੰਦਾ ਉਹਦੀ ਜੜ ਹੋ ਜਾਂਦੀ ਸੈੱਟ ਹੋ ਜਾਂਦੀ ਹੁਣ ਆਪਾਂ ਨੇ ਗੰਨਾ ਤਿਆਰ ਕਰਤਾ ਮੰਨ ਕੇ ਚੱਲ ਗੰਨਾ ਤਿਆਰ ਕਰਤਾ ਗੰਨੇ ਨੂੰ ਖੇਤ ਉਹਦੇ ਬਾਅਦ ਆਪਾਂ ਨੇ ਗੰਨਾ ਲਾ ਕੇ ਬੂਟਾ ਲਾਤਾ ਉਹਦੇ ਬਾਅਦ ਵਾਹੀ ਤਾਂ ਨਹੀਂ ਹੋਣੀ 2 ਸਾਲ ਨਹੀਂ ਹੋਣੇ ਹੁਣ ਚਰੀ ਤਾਂ 3 ਮਹੀਨੇ ਮੈਂ ਪੱਕੀ ਨਹੀਂ ਉਹ ਤੋਂ ਬਾਅਦ ਕਹਿੰਦੇ ਫੇਰ ਵੀ 2 ਚਰੀ ਪਾ ਕੇ ਜੜਾਂ ਵੱਢ ਹੋ ਗਈਆਂ ਬਸ ਆਹ ਫਰਕ ਪੈਂਦਾ ਘੁੰਦੇ ਦਿਨ ਬੂਟਾ ਸਾਵਾਂ ਕਿਸੇ ਦਿਨ ਮੈਂ ਬਹੁਤ ਇਹ 3 ਸਾਲ ਕਹਿੰਦਾ ਕੱਢਦਾ ਵਿੱਚ ਕੱਢਦਾ ਹੈ ਜਾਂ ਕੱਢਦਾ ਹੀ ਪੂਰਾ ਕੱਢਦਾ ਪੂਰਾ ਨਾਲੇ ਇਹਦਾ ਬੂਟਾ ਹੀ ਲੱਗਿਆ ਜਾ ਫੇਰ ਕੱਲ ਵਸਾਉਂਗਾ ਬੁਝਾ ਮੈਂ ਤੁਹਾਨੂੰ ਲਿਆ ਕੇ ਪੂਰਾ ਕਰਨਾ ਕਰਦਾ ਇਹ ਠੀਕ ਹੈ ਹੁਣ ਪੂਰਾ ਵਧੀਆ